you like this video, please subscribe the channel, like and share this video. ਦੋਸਤੋ, ਮੈਂ ਇਸ ਸਮੇਂ ਗੜਸ਼ੰਕਰ ਦੇ ਵਿੱਚ ਬੈਠਾ ਹਾਂ। ਮੇਰੇ ਨਾਲ ਕਮਰ ਜਗਵੀਰ ਸਿੰਘ ਸਿੱਧੂ ਬੈਠੇ ਨੇ, ਜਿਹੜੇ ਕਿ ਸਰਦਾਰ ਸ਼ਿੰਗਾਰਾ ਰਾਮ ਸੋਹੰਗੜਾ ਸਾਹਿਬ ਦੇ ਸਪੁੱਤਰ ਨੇ। ਸ਼ਿੰਗਾਰਾ ਰਾਮ ਸੋਹੰਗੜਾ ਉਹ ਸ਼ਖਸੀਅਤ ਹੈ ਜਿਹੜਾ ਲੰਮੇ ਸਮੇਂ ਤੋਂ ਬਹੁਜਣਾਂ ਅਤੇ ਘੱਟ ਗਿਣਤੀਆਂ ਦੀ ਗੁਲਾਮੀ ਤੋਂ ਆਜ਼ਾਦੀ ਵਾਸਤੇ ਸੰਘਰਸ਼ ਕਰ ਰਿਹਾ। ਬੜੀ ਜਾਣੀ ਪਛਾਣੀ ਸ਼ਖਸੀਅਤ ਹੈ ਇਸ ਇਲਾਕੇ ਦੀ। ਔਰ ਬੀਤੇ ਕੱਲ ਸ਼ਾਮ ਨੂੰ ਜਿਵੇਂ ਕਿ ਆਪਾਂ ਸਾਰਿਆਂ ਨੇ ਲਾਈਵ ਵੇਖਿਆ ਕਿ ਨਵਾਂਸ਼ਹਿਰ ਪੁਲਿਸ ਨੇ ਧਾੜਵੀਆਂ ਵਾਂਗ ਉਹਨਾਂ ਦੇ ਉੱਤੇ ਹਮਲਾ ਕਰਨ ਕੇ ਉਹਨਾਂ ਨੂੰ ਅਰੈਸਟ ਕੀਤਾ, ਅਰੈਸਟ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ। ਫਿਰਕਾ ਪ੍ਰਸਤ ਸੋਚ ਦੇ ਦਬਾਅ ਹੇਠ ਸ਼ਿੰਗਾਰਾ ਰਾਮ ਸੋਹੰਗੜਾ ਸਾਹਿਬ ਦੀ ਹੋਈ ਹੈ ਗ੍ਰਿਫਤਾਰੀ। ਮੈਂ ਇਸ ਸਰਕਾਰੀ ਤੰਤਰ ਦੀ ਔਰ ਫਿਰਕਾ ਪ੍ਰਸਤੀ ਸੋਚ ਦੀ ਬੁਖਲਾਹਟ ਕਹਿੰਦਾ। ਬੁਖਲਾਹਟ ਇਸ ਕਰਕੇ ਕਿਉਂਕਿ ਇਸ ਮੁਲਕ ਦੇ ਵਿੱਚ ਸੱਤਾਧਾਰੀ ਧਿਰ ਦੇ ਐਸੇ ਆਗੂ ਨੇ ਜਿਹੜੇ ਪੂਰੇ ਦੇਸ਼ ਦੇ ਵਿੱਚ ਬਹੁਜਨਾਂ ਅਤੇ ਘੱਟ ਗਿਣਤੀਆਂ ਕੌਮਾਂ ਦੀਆਂ ਧੀਆਂ ਨੂੰ ਬਲਾਤਕਾਰ ਕਰਨ ਦੀਆਂ ਗੱਲਾਂ ਕਰਦੇ ਨੇ ਔਰ ਬਹੁਜਨਾਂ ਅਤੇ ਘੱਟ ਗਿਣਤੀ ਕੌਮਾਂ ਦੇ ਰਹਿਬਰਾਂ ਦੇ ਮਹਾਂਪੁਰਖਾਂ ਦੇ ਖਿਲਾਫ ਭੱਦੀ ਸ਼ਬਦਾਵਲੀ ਬੋਲਦੇ ਨੇ, ਉਹਨਾਂ ਦੇ ਇਸ਼ਟ ਦੀ ਬੇਅਦਬੀ ਕਰਦੇ ਨੇ, ਧਾਰਮਿਕ ਅਸਥਾਨਾਂ ਨੂੰ ਢਹਿ ਢੇਰੀ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਇੰਨੀਆਂ ਘਿਨਾਉਣੀਆਂ ਹਰਕਤਾਂ ਕਰਨ ਦੇ ਬਾਵਜੂਦ ਵੀ ਉਹਨਾਂ ਆਗੂਆਂ ਦੇ ਉੱਤੇ ਇੱਕ FIR ਵੀ ਦਰਜ ਨਹੀਂ ਹੁੰਦੀ। ਪਰਚਾ ਹੋਣਾ ਬਹੁਤ ਦੂਰ ਦੀ ਗੱਲ ਹੈ, ਜੇਲ੍ਹ ਭੇਜਣਾ ਉਹਨਾਂ ਨੂੰ ਬਹੁਤ ਦੂਰ ਦੀ ਗੱਲ ਹੈ, ਸਗੋਂ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਮਾਣ ਦੇ ਕੇ ਨਿਵਾਜਿਆ ਜਾਂਦਾ ਹੈ, ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ, ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਿਆ ਜਾਂਦਾ। ਸੋ ਇੱਥੇ ਇਹ ਕਹਿਣਾ ਬਣ ਜਾਂਦਾ ਹੈ ਕਿ ਦੇਸ਼ ਦੇ ਵਿੱਚ ਲੋਕਤੰਤਰ ਨਹੀਂ ਸਗੋਂ ਲੱਠਤੰਤਰ ਦਾ ਰਾਜ ਹੈ ਅਤੇ ਇਸ ਲੱਠਤੰਤਰ ਦੇ ਰਾਜ ਖਿਲਾਫ਼ ਪੂਰਾ ਸਿੱਖ ਜਗਤ ਸ਼ਿੰਗਾਰਾ ਰਾਮ ਸੋਹੰਗੜਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਅਸੀਂ ਇਹ ਗੱਲ ਸਿੱਧੇ ਤੌਰ ਦੇ ਉੱਤੇ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਸਰੀਰਾਂ ਦੀ ਏਕਤਾ ਨਹੀਂ, ਸੋਚ ਦੀ ਏਕਤਾ ਹੈ। ਗੁਰੂ ਨਾਨਕ ਸਾਹਿਬ ਨੇ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਇਹ ਸੋਚ ਦੀ ਏਕਤਾ ਕੀਤੀ ਸੀ ਔਰ ਅਸੀਂ ਇੱਕ ਹਾਂ। ਇਸ ਸੰਘਰਸ਼ ਦੇ ਵਿੱਚ ਅਸੀਂ ਇੱਕ ਹਾਂ ਔਰ ਸ਼ਿੰਗਾਰਾ ਰਾਮ ਸੋਹੰਗੜਾ ਸਾਹਿਬ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਐਸੇ ਇੱਕ ਸੰਘਰਸ਼ ਨੂੰ ਜਨਮ ਦੇਵੇਗੀ ਜਿਹਦੇ ਅੱਗੇ ਤੁਹਾਡੀ ਫਿਰਕਾ ਪ੍ਰਸਤ ਸੋਚ ਟਿਕ ਨਹੀਂ ਪਾਵੇਗੀ। ਜੇ ਤੁਸੀਂ ਪਰਚੇ ਦੇ ਕੇ ਸਾਨੂੰ ਡਰਾਉਣਾ ਚਾਹੁੰਦੇ ਹੋ ਸ਼ਿੰਗਾਰਾ ਰਾਮ ਸੋਹੰਗੜਾ ਦੀ, ਛੱਡੋ, ਤੁਸੀਂ ਸਾਡੇ ਉੱਤੇ ਪਰਚੇ ਦਿਓ, ਅਸੀਂ ਪਰਚੇ ਝੱਲਣ ਵਾਸਤੇ ਵੀ ਤਿਆਰ ਹਾਂ। ਔਰ ਮੈਂ ਸਿੱਖ ਜਗਤ ਨੂੰ ਵੀ ਅਪੀਲ ਕਰਦਾ ਕਿ ਇਸ ਬੱਬਰ ਸ਼ੇਰ ਦਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ, ਇਸ ਪਰਿਵਾਰ ਦਾ ਸਾਥ ਦਿੱਤਾ ਜਾਵੇ ਜਿਹੜਾ ਇਸ ਸਿਸਟਮ ਦੇ ਖਿਲਾਫ਼ ਇੰਨੀ ਨਿਡਰਤਾ ਦੇ ਨਾਲ ਬੋਲਿਆ, ਕਿਉਂਕਿ ਇਸ ਸਿਸਟਮ ਦੇ ਖਿਲਾਫ਼ ਬੋਲਣ ਵਾਲੀਆਂ ਜ਼ੁਬਾਨਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਇਸ ਸਰਕਾਰ ਵੱਲੋਂ, ਇਸ ਫਿਰਕਾ ਪ੍ਰਸਤ ਸੋਚ ਵੱਲੋਂ ਕੀਤੀ ਜਾਂਦੀ ਹੈ। ਜੇ ਸ਼ਿੰਗਾਰਾ ਰਾਮ ਸੋਹੰਗੜਾ 'ਤੇ ਕੀਤਾ ਗਿਆ ਪਰਚਾ ਜਾਇਜ਼ ਹੈ, ਫਿਰ ਯੋਗੀ ਆਦਿੱਤਿਆ ਨਾਥ 'ਤੇ ਪਰਚਾ ਹੋਣਾ ਚਾਹੀਦਾ, ਫਿਰ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਪਰਚਾ ਹੋਣਾ ਚਾਹੀਦਾ, ਅਮਿਤ ਸ਼ਾਹ 'ਤੇ ਪਰਚਾ ਹੋਣਾ ਚਾਹੀਦਾ, ਸ਼ਿਵ ਸੈਨਾ ਅਤੇ RSS ਦੇ ਉਹਨਾਂ ਆਗੂਆਂ 'ਤੇ ਪਰਚਾ ਹੋਣਾ ਚਾਹੀਦਾ ਜਿਨ੍ਹਾਂ ਦੀ ਘੜੀ ਗਿਣੀ ਮਿੱਥੀ ਸਾਜਿਸ਼ ਤਹਿਤ ਸਤਿਗੁਰੂ ਰਵਿਦਾਸ ਜੀ ਦੇ ਮੰਦਰ ਨੂੰ ਤੁਗਲਕਬਾਦ ਦੇ ਵਿੱਚ ਤੋੜਿਆ ਗਿਆ। ਸੋ ਇਹ ਜਿਹੜਾ ਸੰਘਰਸ਼ ਹੈ ਇਹ ਇੱਕ ਭਿਅੰਕਰ ਰੂਪ ਲਵੇਗਾ ਔਰ ਤੁਸੀਂ ਇਹਦੇ ਅੱਗੇ ਟਿਕ ਨਹੀਂ ਪਾਓਗੇ। ਮੈਂ ਹੁਣ ਬੇਨਤੀ ਕਰਦਾ, ਮੇਰੇ ਨਾਲ ਬੈਠੇ ਨੇ ਕਮਰ ਜਗਵੀਰ ਸਿੰਘ ਜੀ, ਇਹ ਕੁਝ ਬੋਲ ਜੋ ਕੱਲ੍ਹ ਘਟਨਾਕ੍ਰਮ ਹੋਇਆ ਉਹਦੇ ਬਾਰੇ ਤੁਹਾਨੂੰ ਦੱਸਣ ਜੀ। ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਤੇ ਕੱਲ੍ਹ ਦੀ ਗੱਲ, ਕੱਲ੍ਹ ਦੇ ਸਿਲਸਿਲੇ ਦੇ ਵਿੱਚ ਸਾਨੂੰ ਕੁਛ ਨਹੀਂ ਸੀ ਪਤਾ ਕੋਈ ਇੱਦਾਂ ਦਾ, ਮਤਲਬ ਕਿ ਕੋਈ ਇਹੋ ਜਿਹਾ ਕੰਮ, ਮਤਲਬ ਕੋਈ ਅਰੈਸਟ ਦਾ। ਅਸੀਂ ਮਤਲਬ ਇੱਕ ਦੋ ਦਿਨ ਪਹਿਲਾਂ ਵੀ ਅਸੀਂ ਸਾਰਾ ਪਤਾ ਕਰ ਰਹੇ ਸੀ, SSP ਦਫ਼ਤਰ ਵੀ ਮਤਲਬ ਕੁਛ ਸਾਡੀਆਂ ਟੀਮਾਂ ਮਿਲ ਕੇ ਆਈਆਂ, SSP ਨੂੰ ਮਿਲ ਕੇ ਆਈਆਂ। ਉਹਨਾਂ ਨੇ ਕਿਹਾ ਵੀ ਇੱਦਾਂ ਦੀ ਕੋਈ ਗੱਲ ਨਹੀਂ, ਵੀ ਅਸੀਂ ਬੈਠ ਕੇ ਸਭ ਕੁਛ ਮਤਲਬ ਕਰਾਂਗੇ, ਅਸੀਂ ਬੈਠ ਕੇ ਜਿਹੜੀ ਗੱਲ ਸਾਰੀ ਆਪਾਂ ਹੈਂਡਲ ਕਰਾਂਗੇ, ਟੈਕਲ ਕਰਾਂਗੇ। ਪਰ ਉਹ ਤੋਂ ਬਾਅਦ
ਉਸ ਤੋਂ ਬਾਅਦ ਇਨੀ ਮਤਲਬ ਕੋਈ ਜਿਹੜੀ ਆਪਣੀ ਸਾਜਿਸ਼ ਦੇ ਤਹਿਤ ਇਨੀ ਸਾਜਿਸ਼ ਦੇ ਤਹਿਤ ਅੰਦਰ ਗੁਪਤ ਰੱਖ ਕੇ ਇਨੀ ਮਤਲਬ ਜਿਹੜਾ ਵੀ ਵਿਦਆਊਟ ਕਿਸੇ ਮਤਲਬ ਕੋਈ ਪਰਚਾ ਕੱਟੇ ਤੋਂ ਨਾ ਕੋਈ ਐਫ ਆਈ ਆਰ ਨੰਬਰ ਨਾ ਕੋਈ ਕੁਛ ਇਨੀ ਘਰ ਤੇ ਹਮਲਾ ਬੋਲਿਆ ਠੀਕ ਹੈ ਗੱਲ ਇਨੀ ਮਤਲਬ ਘਰੋਂ ਆ ਕੇ ਜਿਹੜਾ ਅਰੈਸਟ ਕੀਤਾ ਉਸ ਤੋਂ ਬਾਅਦ ਜਿਹੜਾ ਵੀ ਜੋ ਵੀ ਕਾਰਵਾਈ ਆ ਜੋ ਵੀ ਮਤਲਬ ਜਿਹੜੀ ਆ ਸਿੱਧਾ ਹੀ ਮਤਲਬ ਜਿਹੜਾ ਉਹਨਾਂ ਨੂੰ ਜੁਡੀਸ਼ੀਅਲ ਉੱਥੇ ਮਤਲਬ ਲੈ ਕੇ ਗਏ ਕੋਰਟ ਦੇ ਵਿੱਚ ਲੈ ਕੇ ਗਏ ਅਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਉੱਥੋਂ ਮਤਲਬ ਜਿਹੜਾ ਲੁਧਿਆਣਾ ਜੇਲ੍ਹ ਦੇ ਵਿੱਚ ਜਿਹੜਾ ਉਹਨਾਂ ਨੂੰ ਸ਼ਿਫਟ ਕਰ ਦਿੱਤਾ। ਔਰ ਅਸੀਂ ਇੱਥੇ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਵੱਲੋਂ ਸਾਡੇ ਸਾਥੀਆਂ ਵੱਲੋਂ ਇਹ ਭਰੋਸਾ ਦਿੱਤਾ ਜਾਂਦਾ ਪਰਿਵਾਰ ਨੂੰ ਕਿ ਹਰ ਤਰ੍ਹਾਂ ਦੀ ਮਦਦ ਚਾਹੇ ਉਹ ਕਾਨੂੰਨੀ ਹੋਵੇ ਵਿੱਤੀ ਹੋਵੇ ਹਾਈ ਕੋਰਟ ਲੈਵਲ ਤੱਕ ਜੇ ਜਾਣਾ ਪਿਆ ਤਾਂ ਵੀ ਅਸੀਂ ਇਸ ਤੋਂ ਗੁਰੇਜ਼ ਨਹੀਂ ਕਰਾਂਗੇ। ਸ਼ੰਗਾਰਾ ਰਾਮ ਸੋਂਗੜਾ ਸਾਹਿਬ ਦੀ ਜ਼ਮਾਨਤ ਵਾਸਤੇ ਇਹ ਪਰਿਵਾਰ ਕੋਸ਼ਿਸ਼ ਕਰ ਰਿਹਾ, ਇਹਨਾਂ ਦੇ ਯਤਨਾਂ ਦੇ ਵਿੱਚ ਇਹਨਾਂ ਦੇ ਸੱਦੇ ਦੇ ਉੱਤੇ ਜਦੋਂ ਵੀ ਇਹ ਸਾਨੂੰ ਯਾਦ ਕਰਨਗੇ ਅਸੀਂ ਇੱਥੇ ਹਾਜ਼ਰ ਹੋਵਾਂਗੇ। ਇੰਨੀਆਂ ਬੇਨਤੀਆਂ, ਔਰ ਮੈਂ ਸਿੱਖ ਜਗਤ ਨੂੰ ਫਿਰ ਤੋਂ ਅਪੀਲ ਕਰਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੋਚ ਨੂੰ ਜੇ ਕੋਈ ਅੱਜ ਸੱਚੇ ਰੂਪ ਦੇ ਵਿੱਚ ਇਸ ਜਗਤ ਦੇ ਵਿੱਚ ਲਾਗੂ ਕਰ ਰਿਹਾ ਤਾਂ ਉਹ ਸ਼ੰਗਾਰਾ ਰਾਮ ਸੋਂਗੜਾ ਵਰਗੀਆਂ ਸ਼ਖਸੀਅਤਾਂ ਨੇ, ਇਹਨਾਂ ਦਾ ਸਾਥ ਦੇਣਾ ਸਾਡਾ ਇਖਲਾਕੀ ਫਰਜ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।